ਨੈਕਸਟ ਜਿਵੇਂ ਪਹਿਲੇ ਦੱਸਿਆ ਸੀਗਾ ਗੋਲਕ ਬੁਕਨੀ ਬੈਂਕਵਟ ਟੂ ਰਿਲੀਜ਼ ਕਰਾਂਗੇ, ਜਲਦੀ ਡੇਟ ਅਨਾਊਂਸ ਕਰਾਂਗੇ। ਉਸ ਤੋਂ ਬਾਅਦ ਇੱਕ ਦੋ ਪ੍ਰੋਜੈਕਟ ਲਾਈਨ ਅਪ ਨੇ, ਜਲਦੀ ਸ਼ੂਟਿੰਗ 'ਤੇ ਵੀ ਅਸੀਂ ਪਲਾਨ ਕਰ ਰਹੇ ਹਾਂ ਫਲੋਰ 'ਤੇ ਜਾਣ ਦਾ। ਦੈਨ ਉਸ ਤੋਂ ਬਾਅਦ ਇਹ ਰਿਲੀਜ਼ ਕਰਨ ਤੋਂ ਬਾਅਦ ਚੱਲ ਮੇਰਾ ਪੁੱਤ ਫੋਰ ਨੈਕਸਟ ਈਅਰ। ਕੀ ਬਾਤ ਹੈ, ਇਸ ਸਾਲ ਵਿਖਾ ਦੋਗੇ ਗੋਲਕ ਬੁਕਨੀ ਜੀ? ਯੈਸ ਯੈਸ ਯੈਸ, ਜਲਦੀ, ਬਹੁਤ ਜਲਦੀ। ਭਾਅ ਜੀ, ਜਦੋਂ ਆਪਾਂ ਪੰਜਾਬੀ ਸਿਨੇਮੇ ਦੀ ਗੱਲ ਕਰਦੇ ਹਾਂ ਨਾ, ਤੁਸੀਂ ਇੱਕ ਇੱਦਾਂ ਦੀ ਟੀਮ ਨਾਲ ਐਸੋਸੀਏਟ ਹੋਏ ਹੋ ਜਿਹਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਆ, ਉਹ ਟੀਮ ਇੱਦਾਂ ਦੀ ਫਿਲਮਾਂ ਬਣਾਉਂਦੀ ਆ। ਸੋ ਤੁਸੀਂ ਇੱਦਾਂ ਦੀ ਫਿਲਮ ਬਣਾਉਂਦੇ ਹੋ ਜੋ ਲੋਕਾਂ ਦੀ ਆਪਣੀ ਹੁੰਦੀ ਆ, ਲੋਕਾਂ ਦੀ ਗੱਲ ਕਰਦੇ ਹੋ, ਸੋ ਇੱਦਾਂ ਦੀ ਟੀਮ ਨਾਲ ਜੁੜ ਕੇ ਕੀ ਕੁਝ ਮਾਣ ਮਹਿਸੂਸ ਕਰਦੇ ਹੋ ਔਰ ਕਿੰਨਾ ਕੁ ਵਧੀਆ ਲੱਗਦਾ ਆ? ਨਹੀਂ, ਇਹ ਬਲੈਸਿੰਗ ਵਾਲੀ ਗੱਲ ਆ। ਇਹ ਦਾਦੀ ਦੇ ਦਾਦਿਆਂ ਦੇ ਜੋ ਦੁਆਵਾਂ ਹੁੰਦੀਆਂ, ਉਹ ਦੁਆਵਾਂ ਇੱਥੇ ਤੱਕ ਲੈ ਕੇ ਆਉਂਦੀਆਂ, ਅਤੇ ਤੁਸੀਂ ਉਸ ਬਲੈਸਿੰਗਸ ਕਰਕੇ ਹੀ ਇੰਨੀ ਵਧੀਆ ਟੀਮ ਨਾਲ ਜੁੜੇ ਹੁੰਦੇ ਹੋ ਜੀ। ਸੋ ਅਸੀਂ ਨਾ ਅਮਰਿੰਦਰ ਭਾਅ ਜੀ ਦਾ ਦੇਖਿਆ ਕਿ ਬਹੁਤ ਜ਼ਿਆਦਾ ਕ੍ਰੀਏਟਿਵ ਨੇ ਉਹ, ਮੈਂ ਜਾਣਨਾ ਚਾਹੁੰਦਾ ਵੀ ਜਦੋਂ ਸੈੱਟ 'ਤੇ ਹੁੰਦੇ ਆ ਕਿੰਨੀਆਂ ਕੁ ਚੀਜ਼ਾਂ ਉਹ ਖੁਦ ਇਨਵੋਲਵ ਹੁੰਦੇ ਆ ਔਰ ਕਿੰਨਾ ਕੁ ਖੁਦ ਕ੍ਰੀਏਟਿਵ ਬਣਾਉਂਦੇ ਆ ਚੀਜ਼ਾਂ ਨੂੰ, ਔਰ ਖੁਦ ਕਿੰਨੀ ਕੁ ਉਹ ਮਸ਼ਵਰਾ ਦਿੰਦੇ ਆ ਵੀ ਇੱਦਾਂ ਕਰ ਲਓ ਇੱਦਾਂ ਕਰ ਲਓ, ਹੁੰਦਾ ਜਾਂ ਸੈੱਟ 'ਤੇ? ਬਿਲਕੁਲ ਹੁੰਦਾ, ਨੋਟ ਓਨਲੀ ਸੈੱਟ 'ਤੇ, ਪ੍ਰੀ ਪ੍ਰੋਡਕਸ਼ਨ ਤੋਂ ਲੈ ਕੇ ਟਿਲ ਰਿਲੀਜ਼ ਤੱਕ, ਟਿਲ ਮਤਲਬ ਐਂਡ ਮੂਮੈਂਟ ਜਿੱਥੇ ਫਿਲਮ ਦਾ ਹੁੰਦਾ, ਜਿੱਥੇ ਰਿਲੀਜ਼ ਹੋ ਗਈ ਆ ਉੱਥੇ ਤੱਕ ਇਨਵੋਲਵਮੈਂਟ ਹੁੰਦੀ ਆ ਭਾਅ ਜੀ ਦੀ। ਓਬਵੀਅਸ ਹੋਣੀ ਵੀ ਚਾਹੀਦੀ ਆ, ਕਿਉਂਕਿ ਐਜ਼ ਆ ਜਿੰਨਾ ਐਕਸਪੀਰੀਅੰਸ ਭਾਅ ਜੀ ਨੂੰ ਆ, ਅਤੇ ਬਿਲਕੁਲ ਉਹ ਹੈ ਵੀ, ਅਸੀਂ ਬੇਸਿਕਲੀ ਅਸੀਂ ਉਹਨਾਂ ਨੂੰ ਪ੍ਰੋਫੈਸਰ ਕਹਿੰਦੇ ਹਾਂ, ਅਤੇ ਮੈਂ ਪਿਆਰ ਨਾਲ ਭਾਅ ਜੀ ਨੂੰ ਪ੍ਰੋਫੈਸਰ ਕਹਿੰਦਾ। ਸੋ ਵਧੀਆ ਗੱਲ ਹੈ ਨਾ, ਬੜਾ ਵਧੀਆ ਲੱਗਾ ਅਮਰਿੰਦਰ ਭਾਅ ਤੋਂ ਸਿੱਖਣ ਦਾ, ਬਹੁਤ ਸਾਨੂੰ ਮਿਲਦਾ ਹਰ ਇੱਕ ਟੀਮ ਦੇ ਹਰ ਬੰਦੇ ਨੂੰ ਅਮਰਿੰਦਰ ਭਾਅ ਜੀ, ਕਾਰਜ ਭਾਅ ਜੀ ਤੋਂ ਸਿੱਖਣ ਦਾ ਬਹੁਤ ਮਿਲਦਾ। ਹਾਂਜੀ, ਸੋ ਭਾਅ ਜੀ ਕਿਹੜਾ ਪੰਜਾਬੀ ਸਿਨੇਮੇ ਦੀ ਆਪਾਂ ਜੀ ਕਰੰਟ ਹੁਣ ਦੇਖੀਏ, ਕਹਿਣਾ ਜੋ ਬਹੁਤ ਸਾਰੀਆਂ ਫਿਲਮਾਂ ਨੇ ਬਹੁਤ ਚੰਗਾ ਪਰਫੋਰਮੈਂਸ ਨਹੀਂ ਕੀਤਾ, ਫਿਲਮਾਂ ਚੰਗੀਆਂ ਬਣੀਆਂ ਨੇ, ਉਹਦੇ ਕਾਰਨ ਹੋ ਸਕਦਾ ਆ ਕੁਛ ਹੋ, ਕੋਈ ਕਈ ਸਾਰੇ ਕਾਰਨ ਹੋ ਸਕਦੇ ਨੇ, ਲੇਕਿਨ ਜਦੋਂ ਛੱਲਾ ਮੁੜ ਕੇ ਨਹੀਂ ਆਇਆ ਤਾਂ ਅਸੀਂ ਰਿਵਿਊ ਕੀਤਾ, ਤੁਸੀਂ ਵੇਖਿਆ ਵੀ ਸਾ, ਅਤੇ ਉਹ ਲੋਕਾਂ ਨੇ ਕਿਹਾ ਯਾਰ ਅਮਰਿੰਦਰ ਗਿੱਲ ਤਾਂ ਨਿਰਾਸ਼ ਕਰ ਹੀ ਨਹੀਂ ਸਕਦਾ, ਅਮਰਿੰਦਰ ਗਿੱਲ ਦਾ ਸਿਨੇਮਾ ਤਾਂ ਬਹੁਤ ਵਧੀਆ ਹੀ ਹੁੰਦਾ ਆ। ਸੋ ਇਹ ਜੋ ਲੋਕਾਂ ਦਾ ਵਿਸ਼ਵਾਸ ਆ, ਇਹ ਸੁਣ ਕੇ ਜ਼ਿੰਮੇਵਾਰੀ ਕਿੰਨੀ ਕੁ ਵੱਧ ਜਾਂਦੀ ਆ ਤੁਹਾਡੀ? ਇਹ ਜ਼ਿੰਮੇਵਾਰੀ ਹਮੇਸ਼ਾ ਦੁੱਗਣੀ, ਜਦੋਂ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਨਾ, ਤਾਂ ਜ਼ਿੰਮੇਵਾਰੀ ਡੈਫੀਨੇਟਲੀ ਵੱਧਦੀਆਂ ਨੇ। ਤੁਸੀਂ ਕਿਸੇ ਵੀ ਫਿਲਮ 'ਤੇ, ਇਹ ਤਾਂ ਚਲੋ ਇਹ ਗੱਲ ਹੋ ਗਈ ਲੋਕਾਂ ਦੀ, ਜਦੋਂ ਅਸੀਂ ਚੱਲ ਮੇਰਾ ਪੁੱਤ 1 ਰਿਜ਼ਲਟ ਚੰਗਾ ਆਇਆ, ਜਦੋਂ ਅਸੀਂ 2 ਅਨਾਊਂਸ ਕੀਤੀ ਤਾਂ ਜ਼ਿੰਮੇਵਾਰੀ ਸਾਰਿਆਂ ਦੀ ਦੁੱਗਣੀ ਹੋ ਗਈ ਸੀ। ਸੋ ਇੱਕ ਐਗਜ਼ਾਮਪਲ ਆ। ਸੋ ਜਦੋਂ ਵੀ ਤੁਹਾਨੂੰ ਕੋਈ ਵਿਸ਼ਵਾਸ ਦਿਲਾਉਂਦਾ ਆ, ਜਦੋਂ ਕੋਈ ਇੱਦਾਂ ਦਾ ਪਿਆਰ ਦਿੰਦਾ, ਤਾਂ ਤੁਹਾਡੀ ਜ਼ਿੰਮੇਵਾਰੀ ਦੁੱਗਣੀ ਹੋ ਜਾਂਦੀ ਆ ਕਿ ਤੁਹਾਨੂੰ ਹੁਣ ਐਕਸਪੈਕਟੇਸ਼ਨਸ ਜੋ ਲੋਕ ਕਰ ਰਹੇ ਆ ਉਸ ਤੋਂ ਵੱਧ ਕਿੱਦਾਂ ਕਰ ਸਕਦੇ ਆ। ਸੋ ਉਸ ਜ਼ਿੰਮੇਵਾਰੀ, ਮੈਨੂੰ ਲੱਗਦਾ ਜ਼ਿੰਮੇਵਾਰੀ ਸਾਰੀ ਉਮਰ ਰਹਿਣੀ ਚਾਹੀਦੀ ਆ। ਰਾਈਟ। ਸੋ ਅਖੀਰ ਦੇ ਵਿੱਚ ਭਾਅ ਜੀ ਇੱਕ ਰਸਮੀ ਤੌਰ 'ਤੇ ਇਹ ਲੋਕਾਂ ਦਾ ਸਵਾਲ ਹੈ ਕਿ ਜਦੋਂ ਪ੍ਰੀਮੀਅਰ ਹੁੰਦਾ ਆ, ਲੋਕ ਅਕਸਰ ਜਾਣਨਾ ਚਾਹੁੰਦੇ ਨੇ ਵੀ ਨੈਕਸਟ ਕੀ ਆ ਹੁਣ। ਸੋ ਮੈਂ ਵੀ ਤੁਹਾਡੇ ਤੋਂ ਇਹ ਪੁੱਛੂੰਗਾ ਵੀ ਨੈਕਸਟ ਕੀ ਆਉਣ ਵਾਲਾ ਆ। ਨੈਕਸਟ ਜਿਵੇਂ ਪਹਿਲੇ ਦੱਸਿਆ ਸੀਗਾ ਗੋਲਕ ਬੁਕਨੀ ਬੈਂਕਵਟ ਟੂ ਰਿਲੀਜ਼ ਕਰਾਂਗੇ, ਜਲਦੀ ਡੇਟ ਅਨਾਊਂਸ ਕਰਾਂਗੇ। ਉਸ ਤੋਂ ਬਾਅਦ ਇੱਕ ਦੋ ਪ੍ਰੋਜੈਕਟ ਲਾਈਨ ਅਪ ਨੇ, ਜਲਦੀ ਸ਼ੂਟਿੰਗ 'ਤੇ ਵੀ ਅਸੀਂ ਪਲਾਨ ਕਰ ਰਹੇ ਹਾਂ ਫਲੋਰ 'ਤੇ ਜਾਣ ਦਾ। ਦੈਨ ਉਸ ਤੋਂ ਬਾਅਦ ਇਹ ਰਿਲੀਜ਼ ਕਰਨ ਤੋਂ ਬਾਅਦ ਚੱਲ ਮੇਰਾ ਪੁੱਤ ਫੋਰ ਨੈਕਸਟ ਈਅਰ। ਕੀ ਬਾਤ ਹੈ, ਇਸ ਸਾਲ ਵਿਖਾ ਦੋਗੇ ਗੋਲਕ ਬੁਕਨੀ ਜੀ? ਯੈਸ ਯੈਸ ਯੈਸ, ਜਲਦੀ, ਬਹੁਤ ਜਲਦੀ। ਹਾਂਜੀ, ਦਰਸ਼ਕਾਂ ਲਈ ਬਹੁਤ ਜ਼ਿਆਦਾ ਗੁੱਡ ਨਿਊਜ਼ ਹੋਊਗੀ ਇਹ, ਅਤੇ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ, ਅਤੇ ਛੱਲਾ ਮੁੜ ਕੇ ਨਹੀਂ ਆਇਆ ਲਈ ਬਹੁਤ ਜ਼ਿਆਦਾ ਮੁਬਾਰਕਾਂ ਤੁਹਾਨੂੰ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।